ਸਤਿ ਸ਼੍ਰੀ ਅਕਾਲ ਸਟੂਡੈਂਟਸ, ਵੈਲਕਮ ਟੂ ਫਤਿਹ ਐਡੂਕੋਮ। ਜਿਵੇਂ ਕਿ ਤੁਹਾਨੂੰ ਪਤਾ ਹੈ, ਪਟਵਾਰੀ ਦਾ ਇਗਜ਼ਾਮ ਜਿਹੜਾ ਬਸ ਨਿਕਲ ਹੀ ਆਉਣਾ ਆ। 1090 ਪੋਸਟਾਂ ਨਿਕਲਣ ਵਾਲੀਆਂ ਨੇ, ਔਰ ਕਾਫੀ ਸਟੂਡੈਂਟਸ ਨੇ ਮੈਨੂੰ ਪੁੱਛਿਆ ਸੀਗਾ ਕਾਨੂੰਗੋ ਦੀਆਂ ਪੋਸਟਾਂ ਲਈ ਵੀ, ਬਿਕੋਜ਼ ਬਹੁਤ ਸਾਰੇ ਚੈਨਲ ਵਾਲਿਆਂ ਨੇ ਪਾ ਰੱਖਿਆ ਕਿ 37 ਪੋਸਟਾਂ ਕਾਨੂੰਗੋ ਦੀਆਂ ਆਉਣੀਆਂ। ਸੋ ਕਾਨੂੰਗੋ ਦੀਆਂ ਪੋਸਟਾਂ ਨਹੀਂ ਆਉਣੀਆਂ, ਜਿਹੜੇ ਪਟਵਾਰੀ ਆਲਰੇਡੀ ਲੱਗੇ ਹੋਏ ਨੇ ਉਹਨਾਂ ਦੀ ਹੀ ਇੰਟਰਨਲ ਪ੍ਰਮੋਸ਼ਨ ਹੋਏਗੀ ਕਾਨੂੰਗੋ ਨਾਲ, ਠੀਕ ਹੈ? ਨਹੀਂ ਤਾਂ ਉਹ ਤਾਂ ਸਟ੍ਰਾਈਕ 'ਤੇ ਚਲ ਜਾਣਗੇ ਜੇ ਐਕਸਟਰਨਲ ਪੋਸਟਾਂ ਨਿਕਲ ਆਈਆਂ ਐਵੇਂ ਤਾਂ। ਸੋ ਐਵੇਂ ਦੀ ਕੋਈ ਵੀ ਮਿਸਕਨਸੈਪਸ਼ਨ ਨਹੀਂ ਰੱਖਣੀ, ਕਾਨੂੰਗੋ ਦੀਆਂ ਪੋਸਟਾਂ ਨਹੀਂ ਨਿਕਲੀਆਂ, 1090 ਪੋਸਟਾਂ ਨਿਕਲਣਗੀਆਂ ਪਟਵਾਰੀ ਦੀਆਂ, ਔਰ ਪਟਵਾਰੀ ਦੇ ਐਗਜ਼ਾਮ ਦੀ ਹੀ ਆਪਾਂ ਪ੍ਰੈਪਰੇਸ਼ਨ ਕਰਨੀ ਹੈ। ਸੋ ਪਟਵਾਰੀ ਦੇ ਐਗਜ਼ਾਮ ਲਈ ਜਿਹੜਾ ਤੁਹਾਡਾ ਐਗਰੀਕਲਚਰ ਵਾਲਾ ਪਾਰਟ ਹੈ, ਉਹਦੇ ਵਿੱਚੋਂ ਕਾਫੀ ਕੁਐਸਚਨਸ ਜਿਹੜੇ ਨੇ ਇੰਪੋਰਟੈਂਟ ਇੰਪੋਰਟੈਂਟ, ਮਤਲਬ ਜੇ ਤੁਸੀਂ ਐਗਰੀਕਲਚਰ ਅੱਛੀ ਤਰ੍ਹਾਂ ਪੜ੍ਹਿਆ ਹੋਵੇ ਤਾਂ ਤੁਸੀਂ ਸਾਰੇ ਦਾ ਸਾਰੇ ਕੁਐਸਚਨ ਜਿਹੜੇ ਅਟੈਂਪਟ ਕਰ ਸਕਦੇ ਹੋ। ਸੋ ਇਹ ਜਿਹੜੀ ਮੇਰੀ ਲੈਕਚਰ ਸੀਰੀਜ਼ ਮੈਂ ਤਿਆਰ ਕਰਨ ਜਾ ਰਹੀ ਹਾਂ, ਇਹ ਐਗਰੀਕਲਚਰ ਨਾਲ ਸੰਬੰਧਿਤ ਆ। ਜੋ ਜਿੰਨੀ ਵੀ ਇਨਫੋਰਮੇਸ਼ਨ ਹੈ, ਚਾਹੇ ਉਹ ਗ੍ਰੀਨ ਰੈਵੋਲਿਊਸ਼ਨ ਹੈ, ਚਾਹੇ ਉਹ ਡਿਫਰੈਂਟ ਟਾਈਪਸ ਆਫ ਕ੍ਰੋਪਸ ਨੇ, ਵੈਜੀਟੇਬਲਸ ਨੇ, ਠੀਕ ਹੈ, ਐਂਡ ਪਟਵਾਰੀ ਦੀ ਜੋਬ ਨਾਲ ਰਿਲੇਟਡ ਜੋ ਵੀ ਇੰਪੋਰਟੈਂਟ ਟਰਮੀਨੋਲੋਜੀ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ, ਠੀਕ ਹੈ? ਤਾਂ ਚਲੋ ਸ਼ੁਰੂ ਕਰਦੇ ਹਾਂ। ਸੋ ਇਸ ਤੋਂ ਪਹਿਲਾਂ, ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ 6th ਤੋਂ ਲੈ ਕੇ 10th ਤੱਕ ਦੀਆਂ ਪੰਜਾਬ ਬੋਰਡ ਦੀਆਂ ਬੁੱਕਸ ਤੁਸੀਂ ਪੜ੍ਹ ਸਕਦੇ ਹੋ ਐਗਰੀਕਲਚਰ ਨੂੰ ਕਵਰ ਕਰਨ ਵਾਸਤੇ। ਬਟ ਹਾਂ, ਉਹਦੇ ਵਿੱਚੋਂ ਵੀ ਸਾਰੇ ਚੈਪਟਰ ਨਹੀਂ ਪੜ੍ਹਨੇ ਹੈ, ਕੁਝ ਇੰਪੋਰਟੈਂਟ ਚੈਪਟਰ ਜਿਵੇਂ ਕਿ ਇੰਸਟੀਟਿਊਸ਼ਨਸ ਰਿਲੇਟਿਡ ਟੂ ਐਗਰੀਕਲਚਰ, ਠੀਕ ਹੈ, ਦੈਨ ਉਸ ਤੋਂ ਬਾਅਦ ਕ੍ਰੋਪਸ, ਪੰਜਾਬ ਦੀਆਂ ਜਿੰਨੀਆਂ ਵੀ ਕ੍ਰੋਪਸ ਹੋਣਗੀਆਂ, ਰਾਬੀ ਖਰੀਫ, ਠੀਕ ਹੈ, ਰਾਬੀ ਖਰੀਫ ਦੇ ਵਿੱਚ ਜਿੱਦਾਂ ਜ਼ੈਦ ਕ੍ਰੋਪਸ ਕਿਹੜੀਆਂ ਨੇ, ਵਿੰਟਰ ਵੈਜੀਟੇਬਲ, ਸਮਰ ਵੈਜੀਟੇਬਲਸ, ਉਹ ਦੈਨ ਉਸ ਤੋਂ ਬਾਅਦ ਫਰਟੀਲਾਈਜ਼ਰਸ, ਠੀਕ ਹੈ, ਅਸੈਂਸ਼ੀਅਲ ਨਿਊਟ੍ਰੀਐਂਟਸ, ਦੈਨ ਉਸ ਤੋਂ ਬਾਅਦ ਇਕਵਿਪਮੈਂਟਸ ਕਿਹੜੀਆਂ ਕਿਹੜੀਆਂ ਯੂਜ਼ ਹੁੰਦੀਆਂ ਨੇ ਐਗਰੀਕਲਚਰ ਦੇ ਵਿੱਚ। ਸੋ ਐਵੇਂ ਦੀਆਂ ਟੋਪਿਕਸ ਜਿਹੜੇ ਆ ਤੁਸੀਂ ਕਵਰ ਕਰਨੇ ਨੇ, ਬਿਕੋਜ਼ ਬਹੁਤ ਜ਼ਿਆਦਾ ਫਿਰ ਤੁਹਾਡਾ ਐਗਰੀਕਲਚਰ ਵਾਲਾ ਹੀ ਪਾਰਟ ਬਹੁਤ ਜ਼ਿਆਦਾ ਹੋ ਜਾਏਗਾ। ਸੋ ਸਿਰਫ ਮਤਲਬ ਆਪਾਂ ਪੇਪਰ ਤੱਕ ਹੀ ਸੀਮਤ ਰਹਿਣਾ, ਜਿੰਨੀ ਕੁ ਰਿਕੁਆਇਰਮੈਂਟ ਸਾਨੂੰ ਪੇਪਰ ਦੇ ਹਿਸਾਬ ਦੇ ਨਾਲ ਹੈ, ਠੀਕ ਹੈ, ਸਿਰਫ ਓਨਾ ਕੀ ਪੜ੍ਹਨਾ। ਅਤੇ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਇੰਪੋਰਟੈਂਟ ਚੀਜ਼ ਤੁਹਾਨੂੰ ਇਹਦੇ ਵਿੱਚ ਯਾਦ ਰੱਖਣੀ ਹੈ ਕਿ ਐਂਪਰਰ ਅਕਬਰ, ਅਕਬਰ ਬਾਦਸ਼ਾਹ ਨੂੰ ਲੈਂਡ ਰਿਫੋਰਮਸ ਜਿਹੜੇ ਆ ਉਹਨਾਂ ਦਾ ਫਾਊਂਡਰ ਮੰਨਿਆ ਜਾਂਦਾ ਇੰਡੀਆ ਦੇ ਵਿੱਚ, ਕਿਉਂਕਿ ਅਕਬਰ ਬਾਦਸ਼ਾਹ ਤੋਂ ਪਹਿਲਾਂ ਜਿਹੜੀ ਲੈਂਡ ਦੀ ਮੇਜਰਮੈਂਟ ਵਗੈਰਾ ਹੁੰਦੀ ਸੀਗੀ ਉਹ ਇੱਕ ਮਤਲਬ ਸਿਰਫ ਆਮ ਧਾਗਿਆਂ ਨਾਲ ਕੀਤੀ ਜਾਂਦੀ ਸੀ, ਕੋਈ ਸਿਸਟਮੈਟਿਕ ਨਹੀਂ ਸੀ ਹੈਗਾ। ਔਰ ਟੋਡਰਮੱਲ ਦਾ ਨਾਮ ਤੁਸੀਂ ਸੁਣਿਆ ਹੀ ਹੈ, ਠੀਕ ਹੈ, ਰੈਵਨਿਊ ਦੇ ਵਿੱਚ ਔਰ ਰੈਵਨਿਊ ਡਿਪਾਰਟਮੈਂਟਸ ਦੇ ਵਿੱਚ ਟੋਡਰਮੱਲ ਦੀ ਫੋਟੋ ਵੀ ਲੱਗੀ ਹੁੰਦੀ ਹੈ, ਜਦੋਂ ਤੁਸੀਂ ਪਟਵਾਰੀ ਬਣ ਕੇ ਜਾਓਗੇ ਤਾਂ ਤੁਸੀਂ ਦੇਖੋਗੇ। ਸੋ ਟੋਡਰਮੱਲ ਦਾ ਬਹੁਤ ਹੀ ਸਿਗਨੀਫਿਕੈਂਟ ਰੋਲ ਰਿਹਾ ਆ ਲੈਂਡ ਰੈਵਨਿਊ ਜਾਂ ਲੈਂਡ ਦੇ ਨਾਲ ਲੈਂਡ ਰਿਫੋਰਮਸ ਦੇ ਲਿਆਉਣ ਦੇ ਵਿੱਚ, ਠੀਕ ਹੈ। ਜੇ ਤੁਸੀਂ ਹਿਸਟਰੀ ਦੀਆਂ ਮੇਰੀਆਂ ਵੀਡੀਓਜ਼ ਦੇਖੀਆਂ ਹੋਣ ਤਾਂ ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗੇਗਾ ਕਿ ਅਕਬਰ ਦੇ ਟਾਈਮ ਦੇ ਵਿੱਚ ਕਿੰਨੇ ਲੈਂਡ ਰਿਫੋਰਮਸ ਜਿਹੜੇ ਆ ਲਿਆਉਂਦੇ ਗਏ ਸੀਗੇ, ਠੀਕ ਹੈ। ਪਹਿਲਾਂ ਅਕਬਰ ਤੋਂ ਪਹਿਲਾਂ ਜਿਹੜੀ ਮੀਨਜ਼ ਮਾਲੀਆ ਇਕੱਠਾ ਕੀਤਾ ਜਾਂਦਾ ਸੀ ਉਹ ਇਨਕਾਇੰਡ ਇਕੱਠਾ ਕੀਤਾ ਜਾਂਦਾ ਸੀਗਾ, ਠੀਕ ਹੈ, ਜਿਵੇਂ ਕਿ ਜੋ ਮਤਲਬ ਤੁਸੀਂ ਬੀਜਿਆ ਆ, ਜਿਵੇਂ ਕਣਕ ਬੀਜੀ ਹੈ ਅਤੇ ਕਣਕ ਦਾ ਕੁਛ ਹਿੱਸਾ ਜਿਹੜਾ ਤੁਸੀਂ ਸਰਕਾਰ ਨੂੰ ਦਿੰਦੇ ਹੋ, ਬਟ ਅਕਬਰ ਤੋਂ ਬਾਅਦ ਇਹ ਸਾਰਾ ਮਾਲੀਆ ਜਿਹੜਾ ਕੈਸ਼ ਦੇ ਵਿੱਚ ਵਸੂਲਿਆ ਜਾਂਦਾ ਸੀਗਾ। ਸੋ ਇਸ ਕਰਕੇ ਅਕਬਰ ਦੇ ਆਉਣ ਤੋਂ ਬਾਅਦ ਕਾਫੀ ਸਿਸਟਮੈਟਿਕ ਢੰਗ ਦੇ ਨਾਲ ਲੈਂਡ ਰਿਫੋਰਮਸ ਕੀਤੇ ਗਏ, ਜਿਸ ਕਰਕੇ ਐਂਪਰਰ ਅਕਬਰ ਨੂੰ ਲੈਂਡ ਰਿਫੋਰਮਸ ਦਾ ਫਾਊਂਡਰ ਮੰਨਿਆ ਜਾਂਦਾ ਹੈ ਇੰਡੀਆ ਦੇ ਵਿੱਚ। ਦੈਨ ਉਸ ਤੋਂ ਬਾਅਦ ਬ੍ਰਿਟਿਸ਼ ਰੂਲ ਤੋਂ ਦੇ ਦੌਰਾਨ ਵੀ, ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਮਹਿਲਵਾੜੀ ਸਿਸਟਮ ਆਇਆ ਸੀ, ਜ਼ਮੀਂਦਾਰੀ ਸਿਸਟਮ ਆਇਆ ਸੀ, ਰੈਇਤਵਾੜੀ ਸਿਸਟਮ ਆਇਆ ਸੀ, ਹੈ ਨਾ। ਦੈਨ ਉਸ ਤੋਂ ਬਾਅਦ ਇੰਡੀਪੈਂਡੈਂਸ ਤੋਂ ਬਾਅਦ ਵੀ ਕਾਫੀ ਲੈਂਡ ਰਿਫੋਰਮਸ ਜਿਹੜੇ, ਜਿਵੇਂ ਟੈਨੈਂਸੀ ਰਿਫੋਰਮਸ ਵਗੈਰਾ ਲਿਆਉਂਦੇ ਗਏ। ਜੇ ਤੁਸੀਂ ਇਕਾਨਮੀ ਪੜ੍ਹੀ ਹੋਏ ਤੁਹਾਨੂੰ ਪਤਾ ਹੋਏਗਾ ਕਿ ਕਾਫੀ ਰਿਫੋਰਮਸ ਜਿਹੜੇ ਆ ਲੈਂਡ ਦੇ ਨਾਲ ਰਿਲੇਟਡ ਲਿਆਉਂਦੇ ਗਏ, ਕੁਝ ਐਕਟਸ ਲਿਆਉਂਦੇ ਗਏ, ਜਿਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਐਕਟ ਰਿਹਾ ਆ ਮਤਲਬ ਡਿਊਰਿੰਗ 50s ਲੈਂਡ ਕੰਸੋਲੀਡੇਸ਼ਨ ਐਕਟ, ਜਿਹਨੂੰ ਮੁਰੱਬਾਬੰਦੀ ਐਕਟ ਵੀ ਕਿਹਾ ਜਾਂਦਾ ਆ, ਰਾਈਟ। ਸੋ ਕੰਸੋਲੀਡੇਸ਼ਨ ਜਿਹੜੀ ਹੈ ਉਹ ਕਾਫੀ ਸਿਸਟਮੈਟਿਕ ਵੇ ਨਾਲ ਕੀਤੀ ਗਈ ਹੈ ਇੰਡੀਆ ਦੇ ਵਿੱਚ, ਕਾਫੀ ਡਿਫਰੈਂਟ ਡਿਫਰੈਂਟ ਸਟੇਟਸ ਦੇ ਵਿੱਚ, ਪੰਜਾਬ ਹਰਿਆਣਾ ਦੇ ਵਿੱਚ ਵੀ ਕੀਤੀ ਗਈ ਹੈ, ਔਰ ਇਹ ਦੋਵੇਂ ਮੁੱਢਲੀਆਂ ਸਟੇਟਸ ਰਹੀਆਂ ਨੇ ਗ੍ਰੀਨ ਰੈਵੋਲਿਊਸ਼ਨ ਦੇ ਵਿੱਚ ਵੀ, ਜਿਨ੍ਹਾਂ ਨੇ ਕਾਫੀ ਸਕਸੈਸ ਜਿਹੜੀ ਹੈ ਹਾਸਲ ਕੀਤੀ ਹੈ, ਹੈ ਨਾ। ਸੋ ਕੁਝ ਇੰਪੋਰਟੈਂਟ ਟਰਮੀਨੋਲੋਜੀ ਹੈ ਜਿਹੜੀ ਤੁਹਾਡੀ ਜੋਬ ਨਾਲ ਰਿਲੇਟਡ ਹੋਏਗੀ, ਹੋ ਸਕਦਾ ਕਿ ਇਹਦੇ ਵਿੱਚੋਂ ਇੱਕ ਵੀ ਕੁਐਸਚਨ ਨਾ ਆਏ, ਪਰ ਹਾਂ ਇਹ ਤੁਹਾਡੀ ਅੱਗੇ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਰਹੇਗੀ ਜਦੋਂ ਤੁਸੀਂ ਜੋਬ ਦੇ ਵਿੱਚ ਵੀ ਜਾਓਗੇ, ਹੈ ਨਾ। ਅਤੇ ਕਿਉਂਕਿ ਇਹ ਡੇਲੀ ਇਹ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਜਿਹੜਾ ਹੈ ਡੀਲ ਕਰਨਾ ਆ, ਬਟ ਹਾਂ ਇਹ ਵੀ ਜ਼ਰੂਰੀ ਹੈ ਕਿ ਪੇਪਰ ਦੇ ਵਿੱਚੋਂ ਵੀ ਕੁਛ ਨਾ ਕੁਛ ਤਾਂ ਆ ਹੀ ਸਕਦਾ, ਇੱਕ ਅੱਧੀ ਚੀਜ਼ ਇੱਕ ਅੱਧੀ ਟਰਮ 'ਤੇ ਆ ਹੀ ਸਕਦੀ ਹੈ, ਹੈ ਨਾ। ਜਦੋਂ ਇੱਕ ਨੰਬਰ ਦਾ ਕੁਐਸਚਨ ਜੇ ਹੋਵੇ ਤਾਂ ਇੱਕ ਨੰਬਰ ਤਾਂ ਪੱਕਾ ਹੀ ਹੈ। ਸੋ ਸਭ ਤੋਂ ਪਹਿਲਾਂ ਜ਼ਰੀਬ, ਜ਼ਰੀਬ ਕੀ ਹੁੰਦੀ ਹੈ? ਦੇਖੋ ਆਮ ਅਸੀਂ ਇੰਚੀ ਟੇਪ ਨਾਲ ਜਿਹੜਾ ਹੈ ਨਾਪਦੇ ਹਾਂ, ਹੈ ਨਾ, ਮਤਲਬ ਕੋਈ ਵੀ ਚੀਜ਼, ਕਿਸੇ ਵੀ ਚੀਜ਼ ਦੀ ਮੇਜਰਮੈਂਟ ਕਰਨੀ ਅਸੀਂ ਇੰਚੀ ਟੇਪ ਨਾਲ ਨਾਪਦੇ ਹਾਂ, ਪਰ ਪਟਵਾਰ ਦੇ ਜਿਹੜੀ ਜੋਬ ਹੈ ਇਹਦੇ ਵਿੱਚ ਜ਼ਰੀਬ ਜਿਹੜੀ ਹੈ ਵਰਤੀ ਜਾਂਦੀ ਹੈ, ਠੀਕ ਹੈ। ਕਾਫੀ ਪੁਰਾਣੇ ਸਮੇਂ ਤੋਂ ਇਹ ਚੀਜ਼ ਜਿਹੜੀ ਚੱਲਦੀ ਆ ਰਹੀ ਹੈ, ਤੁਸੀਂ ਦੇਖ ਸਕਦੇ ਹੋ। ਇਹ ਕੜੀਆਂ ਹੁੰਦੀਆਂ ਨੇ ਲੋਹੇ ਦੀਆਂ, ਇਹ ਜਿਵੇਂ ਆਹ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਮੂੰਹ ਬਣਿਆ ਹੋਇਆ, ਫਿਰ ਕੁੰਡੇ ਬਣੇ, ਇਹਨਾਂ ਨੂੰ ਆਪਸ 'ਚ ਅੜਾ ਕੇ ਨਾ
ਮਤਲਬ ਇੱਕ ਲੰਬੀ ਚੇਨ ਤਿਆਰ ਕੀਤੀ ਜਾਂਦੀ ਹੈ ਜਿਹਨੂੰ ਕਿ ਜ਼ਮੀਨ ਦੇ ਵਿੱਚ ਨਿਸ਼ਾਨਦੇਹੀ ਜਦੋਂ ਕਰਦੇ, ਨਿਸ਼ਾਨਦੇਹੀ ਮੀਨਸ ਜਦੋਂ ਮੇਜਰਮੈਂਟ ਕਰਦੇ ਆ ਜ਼ਮੀਨ ਦੀ, ਅਤੇ ਇਹ ਵਰਤੀਆਂ ਜਾਂਦੀਆਂ। ਜਿਹੜੀ ਇੱਕ ਇਹ ਜ਼ਰੀਬ ਹੁੰਦੀ ਹੈ, ਇੱਕ ਜ਼ਰੀਬ ਜਿਹੜੀ ਹੁੰਦੀ ਹੈ ਇਹ 10 ਕਰਮਾਂ ਦੀ ਹੁੰਦੀ ਹੈ। 10 ਕਰਮਾਂ ਮਤਲਬ ਕਿ ਲਗਭਗ 5.5 ਫੁੱਟ ਦੇ ਕਰੀਬ ਇੱਕ ਇਹਦੀ ਲੈਂਥ ਜਿਹੜੀ ਹੈ ਹੁੰਦੀ ਹੈ। ਉਸ ਤੋਂ ਬਾਅਦ ਆਉਂਦਾ ਸ਼ਿਜ਼ਰਾ। ਸ਼ਿਜ਼ਰਾ ਜਾਂ ਕਿਸ਼ਤਵਾਰ ਜਾਂ ਪਾਰਚਾ ਜਾਂ ਲੱਠਾ, ਇਹ ਕੀ ਹੁੰਦਾ? ਇਹ ਇੱਕ ਲੱਠੇ ਦੇ ਕੱਪੜੇ ਦੇ ਉੱਤੇ ਇੱਕ ਪਿੰਡ ਦਾ ਜਿਹੜਾ ਆ ਉਹ ਪੂਰਾ ਮੈਪ ਬਣਿਆ ਹੁੰਦਾ ਹੈ, ਪੂਰੇ ਪਿੰਡ ਦਾ ਮੈਪ ਜਿਹੜਾ ਇੱਕ ਲੱਠੇ ਦੇ। ਆ ਤੁਸੀਂ ਦੇਖ ਸਕਦੇ ਹੋ ਇਹ ਸ਼ਿਜ਼ਰਾ ਹੀ ਹੈ, ਠੀਕ ਹੈ, ਜਿਹੜੀ ਮੈਂ ਫੋਟੋ ਲਗਾਈ ਹੋਈ ਹੈ। ਇਹ ਕਾਫੀ ਵੱਡਾ ਕੱਪੜਾ ਹੁੰਦਾ ਆ, ਲੱਠੇ ਦਾ ਬਣਿਆ ਹੁੰਦਾ ਹੈ, ਉਹਦੇ ਉੱਤੇ ਪਿੰਡ ਦਾ ਜਿਹੜਾ ਪੂਰਾ ਮੈਪ ਮਤਲਬ ਖਸਰਾ ਨੰਬਰ ਵਗੈਰਾ ਹਰ ਇੱਕ ਪਿੰਡ ਦਾ ਜਿਹੜਾ ਲਿਖਿਆ ਹੁੰਦਾ। ਖਸਰਾ ਨੰਬਰ ਮੀਨਸ ਕਿ ਕਿੱਲੇ ਦਾ ਨੰਬਰ, ਜਿਵੇਂ ਕਿ ਪੰਜਾਬ ਦੇ ਵਿੱਚ ਅਗਰ ਆਪਾਂ ਕਹਿ ਦਈਏ ਤਾਂ ਇੱਕ ਮੁਰੱਬਾ ਬੰਦੀ ਹੁੰਦੀ ਹੈ ਨਾ ਪੰਜਾਬ ਦੇ ਵਿੱਚ, ਮਤਲਬ 25 ਕਿੱਲਿਆਂ ਦਾ ਇੱਕ ਮੁਰੱਬਾ ਮੰਨਿਆ ਜਾਂਦਾ ਹੈ, ਠੀਕ ਹੈ। ਇਸ ਤਰ੍ਹਾਂ ਹੁੰਦਾ ਹੈ, ਮੰਨ ਲਓ, ਠੀਕ ਹੈ, ਇਹ ਹੋ ਗਿਆ 1 2 3 4 5, ਫਿਰ 1 2 1 2 3 4 5। ਸੋ 1 ਆ ਇੱਕ ਕਿੱਲਾ, ਆ ਦੂਸਰਾ ਕਿੱਲਾ, ਆ ਤੀਸਰਾ, ਇਹ ਚੌਥਾ, ਆ ਪੰਜਵਾਂ, ਫਿਰ ਇੱਥੋਂ ਸਟਾਰਟ ਹੁੰਦਾ 6ਵਾਂ 7ਵਾਂ 8ਵਾਂ 9ਵਾਂ 10ਵਾਂ, ਫਿਰ ਇੱਥੋਂ 11ਵਾਂ 12ਵਾਂ 13ਵਾਂ 14ਵਾਂ 15ਵਾਂ, ਇਸ ਤਰ੍ਹਾਂ ਜਿਹੜਾ ਚੱਲਦਾ ਆ। ਸੋ ਇਹ ਇੱਕ ਕਿੱਲਾ ਆ, ਆ ਦੂਸਰਾ ਕਿੱਲਾ ਆ, ਠੀਕ ਹੈ, ਅਤੇ ਇਹਨਾਂ ਨੂੰ ਹੀ ਖਸਰੇ ਵੀ ਕਿਹਾ ਜਾਂਦਾ। ਸੋ ਇਹ ਪੂਰਾ ਇੱਕ ਮੁਰੱਬਾ ਹੈ, ਮਤਲਬ 25 ਕਿੱਲਿਆਂ ਦਾ ਇੱਕ ਮੁਰੱਬਾ ਹੁੰਦਾ ਹੈ, ਮੁਰੱਬਾ ਜਾਂ ਮੁਸਤੀਲ ਵੀ ਕਹਿ ਦਿੰਦੇ ਨੇ ਇਹਨੂੰ, ਠੀਕ ਹੈ। ਸੋ ਇਹ ਤੁਸੀਂ ਯਾਦ ਰੱਖ ਲੈਣਾ। ਦੈਨ ਉਸ ਤੋਂ ਬਾਅਦ ਆਉਂਦਾ ਮੈਜਰਮੈਂਟ ਆਫ ਲੈਂਡ, ਇਹਨੂੰ ਪੰਜਾਬੀ ਦੇ ਵਿੱਚ ਆਪਾਂ ਨਿਸ਼ਾਨਦੇਹੀ ਕਹਿ ਦਿੰਦੇ ਹਾਂ, ਠੀਕ ਹੈ। ਤੁਸੀਂ ਜਦੋਂ ਵੀ ਇਹਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਅਗਰ ਤੁਸੀਂ ਜਾਓ ਤਾਂ ਬਹੁਤ ਹੀ ਕਾਮਨ ਵਰਡ ਉੱਥੇ ਵਰਤਦੇ ਨੇ, ਨਿਸ਼ਾਨਦੇਹੀ, ਨਿਸ਼ਾਨਦੇਹੀ ਕਰਨ ਚੱਲੇ ਹਾਂ, ਨਿਸ਼ਾਨਦੇਹੀ ਕੀ ਹੁੰਦਾ? ਮੰਨ ਲਓ ਜੱਟਾਂ ਦੇ ਵਿੱਚ ਬਹੁਤ ਚੀਜ਼ ਕਾਮਨ ਹੈ, ਤੁਹਾਨੂੰ ਪਤਾ ਨਿੱਕੀ ਨਿੱਕੀ ਵੱਢ ਤੋਂ ਲੜਾਈਆਂ ਹੋ ਜਾਂਦੀਆਂ ਨੇ, ਹੈ ਨਾ। ਸੋ ਇਹ ਚੀਜ਼ ਮਤਲਬ ਜਿਵੇਂ ਜਦੋਂ ਇੱਕ ਪੈਲੀ ਦੀ ਲੈਂਥ ਬ੍ਰੈਥ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਕਿੱਲਾ ਜਿਹੜਾ ਨਾ ਉਹ 40x36 ਦਾ ਹੁੰਦਾ ਆ, ਠੀਕ ਹੈ। 40 ਕਰਮਾਂ ਦੀ ਲੈਂਥ ਹੁੰਦੀ ਹੈ ਅਤੇ 36 ਕਰਮਾਂ ਦੀ ਜਿਹੜੀ ਹੈ ਬ੍ਰੈਥ ਹੁੰਦੀ ਹੈ। ਜਦੋਂ ਵੀ ਕੋਈ ਜੱਟ ਦੀ ਲੜਾਈ ਹੁੰਦੀ ਹੈ ਤਾਂ ਬਸ ਇਹਨਾਂ ਕਰਮਾਂ ਤੋਂ ਹੀ ਹੁੰਦੀ ਹੈ ਕਿ ਇੱਥੋਂ ਮੇਰੀ ਜ਼ਮੀਨ ਦਾ ਹਿੱਸਾ, ਮੇਰਾ ਵੱਧ ਹੈ ਅਤੇ ਆਹ ਮੇਰਾ ਘੱਟ ਹੈ, ਠੀਕ ਹੈ। ਅਤੇ ਫਿਰ ਕਿਉਂਕਿ 40x36 ਕਰਮਾਂ ਦਾ ਇੱਕ ਕਿੱਲਾ ਹੁੰਦਾ, ਸੋ ਫਿਰ ਪਟਵਾਰੀ ਨੂੰ ਉੱਥੇ ਆਉਣਾ ਪੈਂਦਾ ਆ, ਠੀਕ ਹੈ, ਜ਼ਰੀਬ ਲੈ ਕੇ ਅਤੇ ਲੱਠਾ ਲੈ ਕੇ ਉਹ ਆਉਂਦਾ ਆ, ਅਤੇ ਫਿਰ ਉਹ ਲੈਂਥ ਬ੍ਰੈਥ ਵੇਖ ਕੇ ਉਹਦੀ ਅਤੇ ਨਿਸ਼ਾਨਦੇਹੀ ਕਰਕੇ ਜਾਂਦਾ। ਸੋ ਇਹ ਡੀਮਾਰਕੇਟ ਕਰਨਾ ਏਰੀਆ ਜਿਹੜਾ ਇਹਨੂੰ ਨਿਸ਼ਾਨਦੇਹੀ ਕਹਿੰਦੇ ਆ। ਦੈਨ ਉਸ ਤੋਂ ਬਾਅਦ ਮੁਰੱਬਾਬੰਦੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪੰਜਾਬ ਦੇ ਵਿੱਚ, ਠੀਕ ਹੈ, ਸਮਝਾ ਚੁੱਕੀ ਹਾਂ ਪਿਛਲੇ ਪੇਜ 'ਤੇ ਕਿ 25-25 ਕਿੱਲਿਆਂ ਦਾ ਇੱਕ ਮੁਰੱਬਾ ਹੁੰਦਾ ਆ। ਦੈਨ ਉਸ ਤੋਂ ਬਾਅਦ ਆਉਂਦਾ ਗੋਸ਼ਵਾਰਾ। ਗੋਸ਼ਵਾਰਾ ਕੀ ਹੈ? ਸਮ ਟੋਟਲ ਆਫ ਆਲ ਕਲਟੀਵੇਟਿਡ ਕਰੋਪਸ ਪ੍ਰੈਜ਼ੈਂਟ ਇਨ ਟੈਬੂਲਰ ਫੋਰਮ ਇਜ਼ ਕਾਲਡ ਗੋਸ਼ਵਾਰਾ। ਗੋਸ਼ਵਾਰਾ ਕੀ ਹੁੰਦਾ ਕਿ ਦੇਖੋ ਇੱਕ ਟੈਬੂਲੇਟਿਡ ਫੋਰਮ ਦੇ ਵਿੱਚ ਪੂਰੇ ਇੱਕ ਪਿੰਡ ਦਾ, ਮੰਨ ਲਓ ਇੱਕ ਕੋਈ ਵੀ ਪਿੰਡ ਲਗਾ ਲਓ, ਠੀਕ ਹੈ, ਇੱਕ ਪਿੰਡ ਹੈ ਤਲਵੰਡੀ ਹੈ ਉਹਦਾ ਨਾਮ, ਉਹਦੇ ਵਿੱਚ ਸਰੋਂ ਕਿੰਨੀ ਉਗਾਈ ਗਈ, ਮੰਨ ਲਓ 300 ਕਨਾਲ ਜਿਹੜੀ ਹੈ ਸਰੋਂ ਉਗਾਈ ਗਈ ਹੈ, ਠੀਕ ਹੈ, ਕਣਕ ਜਿਹੜੀ ਹੈ ਉਹ 700 ਕਨਾਲ ਪੂਰੇ ਪਿੰਡ ਦੇ ਵਿੱਚ 700 ਕਨਾਲ ਜਿਹੜੀ ਕਣਕ ਉਗਾਈ ਗਈ ਹੈ। ਦੈਨ ਉਸ ਤੋਂ ਬਾਅਦ ਕਮਾਦ ਉਗਾਇਆ ਗਿਆ ਕੁਛ 1200 ਕਨਾਲ ਦੇ ਅਰਾਊਂਡ ਜਿਹੜਾ ਕਮਾਦ ਉਗਾਇਆ ਗਿਆ। ਸੋ ਇਹ ਜਿਹੜਾ ਡਾਟਾ ਆ ਟੈਬੂਲੇਟਿਡ ਫੋਰਮ ਦੇ ਵਿੱਚ ਦਰਜ ਕੀਤਾ ਜਾਂਦਾ ਹੈ ਹਰ ਹਾੜੀ ਸੋਣੀ, ਮਤਲਬ ਐਵਰੀ 6 ਮੰਥ ਇਹ ਜਿਹੜਾ ਡਾਟਾ ਰਿਕਾਰਡ ਕੀਤਾ ਜਾਂਦਾ। ਇਹ ਰਿਕਾਰਡਿੰਗ ਨੂੰ ਆਪਾਂ ਗਰਦੌਰੀ ਕਹਿ ਦਿੰਦੇ ਹਾਂ ਜਾਂ ਗਿਰਦਵਾਰੀ ਕਹਿ ਦਿੰਦੇ ਹਾਂ, ਔਰ ਇਹ ਜਿਹੜਾ ਡਾਟਾ ਇਹਨੂੰ ਆਪਾਂ ਗੋਸ਼ਵਾਰਾ ਕਹਿ ਦਿੰਦੇ ਹਾਂ, ਠੀਕ ਹੈ। ਬੇਸਿਕਲੀ ਗੋਸ਼ਵਾਰਾ ਦੀ ਹੀ ਗਰਦੌਰੀ ਹੁੰਦੀ ਹੈ, ਅੱਗੇ ਵਰਡ ਆਏਗਾ ਤੋ ਇਸ ਲਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ। ਦੈਨ ਉਸ ਤੋਂ ਬਾਅਦ ਹੁੰਦਾ ਰਜਿਸਟਰੀ। ਰਜਿਸਟਰੀ ਕੀ ਹੈ ਕਿ ਜਦੋਂ ਵੀ ਕੋਈ ਬੰਦਾ ਇੱਕ ਆਪਣੀ ਜ਼ਮੀਨ ਦਾ ਹਿੱਸਾ, ਠੀਕ ਹੈ, ਜਾਂ ਘਰ ਜਾਂ ਦੁਕਾਨ ਕੁਛ ਵੀ ਵੇਚਦਾ ਆ ਜਾਂ ਗਹਿਣੇ ਰੱਖਦਾ ਆ ਕੁਛ ਪ੍ਰਾਈਜ਼ ਦੇ ਉੱਤੇ, ਅਤੇ ਫਿਰ ਉਹ ਤਹਿਸੀਲਦਾਰ ਦੇ ਆਫਿਸ ਜਾਂਦੇ ਆ, ਠੀਕ ਹੈ, ਦੋਵੇਂ ਪਾਰਟੀਆਂ ਆਪਸ 'ਚ ਬਹਿੰਦੀਆਂ ਨੇ, ਫੋਟੋ ਹੁੰਦੀ ਹੈ, ਨੰਬਰਦਾਰ ਦੀ ਗਵਾਹੀ ਪੈਂਦੀ ਹੈ ਵਿੱਚ, ਅਤੇ ਮਤਲਬ ਰਜਿਸਟਰੀ ਜਿਹੜੀ ਕੀਤੀ ਜਾਂਦੀ ਹੈ, ਮਤਲਬ ਨੰਬਰਦਾਰ ਦੀ ਗਵਾਹੀ ਜਿਹੜੀ ਇੰਤਕਾਲ ਦੇ ਦੌਰਾਨ ਪੈਂਦੀ ਹੈ। ਰਜਿਸਟਰੀ ਹੁੰਦੀ ਹੈ ਅਤੇ ਫਿਰ ਇੰਤਕਾਲ ਹੁੰਦਾ ਆ, ਠੀਕ ਹੈ। ਇੰਤਕਾਲ ਮੀਨਸ ਉਹਦੇ ਨਾਮ 'ਤੇ ਚੜਾਉਣਾ ਜਿਹਨੂੰ ਤੁਸੀਂ ਲੈਂਡ ਆਪਣੀ ਟ੍ਰਾਂਸਫਰ ਕਰ ਰਹੇ ਹੋ, ਠੀਕ ਹੈ। ਔਰ ਇਹ ਜਿਹੜੀ ਰਜਿਸਟਰੀ ਇਹ ਹੁੰਦੀ ਹੈ, ਇਹ ਕਈ ਤਰ੍ਹਾਂ ਦੀ ਹੁੰਦੀ ਹੈ, ਜਿਵੇਂ ਕਿ ਬੈ ਰਹਿਣ ਬੈ ਹੁੰਦੀ ਹੈ ਕਿ ਮੀਨਸ ਕਿਸੇ ਨੂੰ ਦੇ ਦੇਣੀ ਵਾਹੁਣ ਵਾਸਤੇ, ਰਹਿਣ ਹੁੰਦੀ ਹੈ ਗਹਿਣੇ ਦੇ ਦੇਣਾ, ਠੀਕ ਹੈ, ਸ਼ੇਅਰ ਮਤਲਬ ਕੁਛ ਹਿੱਸਾ ਮਤਲਬ ਤਕਸੀਮ ਕਰ ਦੇਣੀ, ਠੀਕ ਹੈ। ਦੈਨ ਉਸ ਤੋਂ ਬਾਅਦ ਹੁੰਦਾ ਟ੍ਰਾਂਸਫਰ ਆਫ ਓਨਰਸ਼ਿਪ, ਤਬਾਦਲਾ ਕਰਨਾ, ਐਕਸਚੇਂਜ, ਤਬਾਦਲਾ ਮੀਨਸ ਐਕਸਚੇਂਜ ਕਰਨਾ। ਦੈਨ ਉਸ ਤੋਂ ਬਾਅਦ ਡਿਵਾਈਡ ਕਰਨਾ, ਡਿਵਾਈਡ ਸ਼ੇਅਰ ਇੱਕੋ ਚੀਜ਼ ਹੋ ਗਈ, ਤਕਸੀਮ ਉਹਨੂੰ ਕਹਿ ਦਿੰਦੇ ਹਾਂ, ਠੀਕ ਹੈ। ਇਹ ਕੁਛ ਵਰਡਸ ਨੇ ਜਿਹੜੇ ਤੁਸੀਂ ਬਾਅਦ ਵਿੱਚ ਬਾਰ ਬਾਰ ਸੁਣੋਗੇ। ਫਿਰ ਹਿੱਬਾ ਹੁੰਦੀ ਹੈ, ਇੱਕ ਹਿੱਬਾ ਹੁੰਦਾ ਹੈ ਦਾਨ ਕਰਨਾ,
ਠੀਕ ਹੈ, ਅਗਰ ਤੁਸੀਂ ਲਿਖ ਸਕਦੇ ਹੋ ਤਾਂ ਲਿਖ ਲਓ। ਇੱਕ ਹੁੰਦੀ ਹੈ ਮਤਲਬ ਵਿਰਾਸਤ ਜਿਹੜੀ ਕਰਨੀ ਹੁੰਦੀ ਹੈ, ਇੱਕ ਹੁੰਦੀ ਹੈ ਰਜਿਸਟਰ ਵਿਰਾਸਤ, ਇੱਕ ਹੁੰਦੀ ਸਧਾਰਨ ਵਿਰਾਸਤ। ਸਧਾਰਨ ਵਿਰਾਸਤ ਜਿਹੜੀ ਆ ਉਹ ਮੀਨਸ ਮੰਨ ਲਓ ਕਿ ਇੱਕ ਬੰਦਾ ਆ, ਠੀਕ ਹੈ, ਉਹਦੀ ਡੈਥ ਹੋ ਗਈ ਹੈ ਅਤੇ ਉਹਦੇ ਵਿੱਚ ਫਿਰ ਕੀ ਹੁੰਦਾ ਕਿ ਡਾਇਰੈਕਟਲੀ ਇੰਤਕਾਲ ਹੋ ਜਾਂਦਾ, ਉਹਦੇ 'ਚ ਰਜਿਸਟਰੀ ਕਰਨ ਦੀ ਲੋੜ ਹੀ ਨਹੀਂ ਪੈਂਦੀ। ਮੀਨਸ ਕਿ ਕੋਈ ਡੈਥ ਸਰਟੀਫਿਕੇਟ ਲੈ ਆਉਂਦਾ ਅਤੇ ਡਾਇਰੈਕਟਲੀ ਪਟਵਾਰੀ ਕੀ ਕਰਦਾ ਕਿ ਉਹਦੇ ਬੱਚਿਆਂ ਦੇ ਨਾਮ 'ਤੇ ਜਾਂ ਉਹਦੀ ਵਾਈਫ ਦੇ ਨਾਮ 'ਤੇ ਜੋ ਵੀ ਉਹਦਾ ਹੇਅਰ ਹੁੰਦਾ ਉਹਦੇ ਨਾਮ ਦੇ ਉੱਤੇ ਚੜਾ ਦਿੰਦਾ, ਸਧਾਰਨ ਵਿਰਾਸਤ। ਰਜਿਸਟਰ ਵਸੀਅਤ ਕੀ ਹੁੰਦੀ ਹੈ? ਰਜਿਸਟਰ ਵਸੀਅਤ ਦੇ ਵਿੱਚ ਮੀਨਸ ਕਿ ਜੇ ਤੁਸੀਂ ਤਬਦੀਲ ਕਰਨਾ ਚਾਹੁੰਦੇ ਹੋ ਮਲਕੀਅਤ ਨੂੰ, ਹੈ ਨਾ, ਜਾਂ ਫਿਰ ਹਿੱਬਾ ਕਰਨਾ ਚਾਹੁੰਦੇ, ਹਿੱਬਾ ਮੀਨਸ ਦਾਨ, ਤਬਾਦਲਾ ਮੀਨਸ ਤੁਸੀਂ ਐਕਸਚੇਂਜ ਕਰਨਾ ਚਾਹੁੰਦੇ ਹੋ, ਤਕਸੀਮ ਮੀਨਸ ਕਿ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਉਹਨੂੰ ਡਿਵਾਈਡ ਕਰਨਾ ਚਾਹੁੰਦੇ ਹੋ ਲੈਂਡ ਨੂੰ, ਸੋ ਉਸ ਹਿਸਾਬ ਦੇ ਨਾਲ ਰਜਿਸਟਰ ਵਸੀਅਤ ਕੀਤੀ ਜਾਂਦੀ ਹੈ। ਸੋ ਸਧਾਰਨ ਵਸੀਅਤ ਦੇ ਵਿੱਚ ਜਿਹੜਾ ਰਜਿਸਟਰੀ ਨਹੀਂ ਹੁੰਦੀ, ਡਾਇਰੈਕਟਲੀ ਇੰਤਕਾਲ ਹੁੰਦਾ, ਬਟ ਰਜਿਸਟਰ ਵਸੀਅਤ ਦੇ ਵਿੱਚ ਰਜਿਸਟਰੀ ਹੁੰਦੀ ਹੀ ਹੁੰਦੀ ਹੈ। ਦੈਨ ਉਸ ਤੋਂ ਬਾਅਦ ਹੁੰਦਾ ਇੰਤਕਾਲ, ਮੀਨਸ ਉਹ ਰਜਿਸਟਰੀ ਹੋ ਗਈ ਅਤੇ ਫਿਰ ਇੰਤਕਾਲ ਹੋ ਜਾਏਗਾ। ਇੰਤਕਾਲ ਕੀ ਹੁੰਦਾ? ਦੇਰ ਆਰ 12 ਕੋਲਮਸ ਆਫ, ਇੱਕ ਬਹੁਤ ਵੱਡਾ ਰਜਿਸਟਰ ਹੁੰਦਾ ਪਟਵਾਰੀਆਂ ਦੇ ਕੋਲ, ਵਿੱਚ 12 ਉਹਦੇ ਕੋਲਮ ਬਣੇ ਹੁੰਦੇ ਨੇ, ਠੀਕ ਹੈ, ਜਿਹਦੇ ਵਿੱਚ ਸੀਰੀਅਲ ਨੰਬਰ ਜਿਹਨੂੰ ਕਿ ਆਪਾਂ ਕਹਿ ਦਿੰਦੇ ਨੇ ਖੇਵਟ ਨੰਬਰ, ਠੀਕ ਹੈ, ਇਹ ਸਾਰੇ ਅਰਬੀ ਭਾਸ਼ਾ ਦੇ ਵਰਡ ਹੈ। ਮਤਲਬ ਆਪਣੇ ਪੰਜਾਬ ਵਾਲਿਆਂ ਨੇ ਜਾਂ ਇੰਡੀਆ ਵਾਲਿਆਂ ਨੇ ਨਾ ਮਤਲਬ ਇੰਨੀ ਕੋਸ਼ਿਸ਼ ਹੀ ਨਹੀਂ ਕੀਤੀ ਜਦੋਂ ਅੰਗਰੇਜ਼ ਚਲ ਗਏ ਜਾਂ ਮੁਗਲ ਚਲ ਗਏ ਕਿ ਬਾਅਦ ਵਿੱਚ ਇਹਨਾਂ ਚੀਜ਼ਾਂ ਨੂੰ ਆਪਾਂ ਚੇਂਜ ਕਰੀਏ। ਸੋ ਅਜੇ ਵੀ ਸਾਡੇ ਰਜਿਸਟਰਾਂ ਦੇ ਵਿੱਚ ਜਿਹੜੀ ਅਰਬੀ ਦੀ ਭਾਸ਼ਾ ਹੀ ਚੱਲ ਰਹੀ ਹੈ, ਤਕਸੀਮ ਕਰਨਾ, ਠੀਕ ਹੈ, ਇਹ ਸਾਰੀਆਂ ਉਹੀ ਵਰਡਸ ਚੱਲੇ ਆ ਰਹੇ ਨੇ। ਸੋ ਸੀਰੀਅਲ ਨੰਬਰ ਨੂੰ ਖੇਵਟ ਨੰਬਰ ਕਹਿ ਦਿੰਦੇ ਨੇ, ਫਿਰ ਸਬ ਸੀਰੀਅਲ ਨੰਬਰ ਹੁੰਦਾ ਉਹਨੂੰ ਖਤੌਨੀ ਨੰਬਰ ਕਹਿ ਦਿੰਦੇ ਨੇ, ਫਿਰ ਅੱਗੇ ਹੁੰਦਾ ਖੁਦ ਕਾਸ਼ਤ, ਖੁਦ ਕਾਸ਼ਤ ਮੀਨਸ ਕਿ ਕੌਣ ਵਾਹ ਰਿਹਾ ਇਸ ਵੇਲੇ ਪੈਲੀ ਨੂੰ। ਸੋ ਇੱਦਾਂ 12 ਕੋਲਮ ਜਿਹੜੇ ਆ ਬਣੇ ਹੁੰਦੇ ਨੇ। ਸੋ ਪਟਵਾਰੀ ਉਹਦੇ ਹਿਸਾਬ ਨਾਲ ਕਿ ਸਧਾਰਨ ਰਜਿਸਟਰੀ, ਸਧਾਰਨ ਵਸੀਅਤ ਕੀਤੀ ਗਈ ਹੈ ਜਾਂ ਰਜਿਸਟਰ ਵਸੀਅਤ ਕੀਤੀ ਗਈ ਹੈ, ਬੈਅ ਕੀਤੀ ਗਈ ਹੈ, ਗਹਿਣੇ ਰੱਖੀ ਗਈ ਹੈ, ਜ਼ਮੀਨ ਤਬਾਦਲਾ ਕੀਤਾ ਗਿਆ, ਤਕਸੀਮ ਕੀਤੀ ਗਈ ਹੈ, ਸੋ ਉਹਦੇ ਹਿਸਾਬ ਨਾਲ ਰਜਿਸਟਰ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਪਾ ਦਿੱਤੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਜਿਹੜਾ ਹੈ ਦੋਵੇਂ ਪਾਰਟੀਜ਼ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਨੰਬਰਦਾਰ ਦੀ ਪ੍ਰੈਜੈਂਸ ਦੇ ਵਿੱਚ, ਜਿਹੜਾ ਪਿੰਡ ਦਾ ਨੰਬਰਦਾਰ ਹੁੰਦਾ ਹੈ। ਦੈਨ ਉਸ ਤੋਂ ਬਾਅਦ ਆਉਂਦਾ ਤੁਹਾਡਾ ਜਮ੍ਹਾਂਬੰਦੀ। ਜਮ੍ਹਾਂਬੰਦੀ ਜਾਂ ਫਰਦ, ਇਹ ਬਹੁਤ ਹੀ ਇੰਪੋਰਟੈਂਟ ਇੱਕ ਡਾਕੂਮੈਂਟ ਹੁੰਦਾ ਪੰਜਾਬ ਰੈਵਨਿਊ ਐਕਟ ਦੇ ਅੰਦਰ ਜਾਂ ਪੰਜਾਬ ਰੈਵਨਿਊ ਡਿਪਾਰਟਮੈਂਟ ਦੇ ਵਿੱਚ। ਇਹਦੇ ਜਮ੍ਹਾਂਬੰਦੀ ਦੇ ਅਕੋਰਡਿੰਗਲੀ ਸਾਨੂੰ ਪਤਾ ਚੱਲਦਾ ਹੈ ਕਿ ਇੱਕ ਜ਼ਮੀਨ ਦਾ ਮਤਲਬ ਇਹਦੇ ਵਿੱਚ 5 ਸਾਲਾਂ ਦਾ ਰਿਕਾਰਡ ਜਿਹੜਾ ਦਰਜ ਹੁੰਦਾ, ਹਰ 5 ਸਾਲਾਂ ਬਾਅਦ ਜਿਹੜੀ ਹੈ ਪਟਵਾਰੀ ਜਮ੍ਹਾਂਬੰਦੀ ਤਿਆਰ ਕਰਦੇ ਨੇ। ਔਰ ਇਹਦੇ ਵਿੱਚ ਮੰਨ ਲਓ ਕੋਈ ਜ਼ਮੀਨ ਜਿਹੜੀ ਹੈ ਪਹਿਲਾਂ ਬੈਰਨ ਪਈ ਹੋਈ ਸੀਗੀ, ਇਨਫਰਟਾਈਲ ਸੀਗੀ, ਉਹਦੇ 'ਤੇ ਕੁਛ ਉਗਾ ਦਿੱਤਾ ਗਿਆ, ਹੈ ਨਾ, ਕੁਛ ਜ਼ਮੀਨ ਜਿਹੜੀ ਸੀਗੀ ਉਹ ਕਿਸੇ ਨੂੰ ਟ੍ਰਾਂਸਫਰ ਕਰ ਦਿੱਤੀ ਗਈ, ਕਿ ਕਈ ਮੌਤਾਂ ਹੋ ਜਾਂਦੀਆਂ ਨੇ, ਫਿਰ ਉਹਨਾਂ ਦੇ ਇੰਤਕਾਲ ਹੁੰਦੇ ਨੇ, ਰਜਿਸਟਰੀਆਂ ਵੀ ਹੁੰਦੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਦਾ ਰਿਕਾਰਡ ਜਿਹੜਾ ਆ ਉਹ ਹਰ 5 ਸਾਲ ਬਾਅਦ ਜਿਹੜਾ ਪਟਵਾਰੀ ਇਹ ਦਰਜ ਕਰਦਾ ਆ, ਔਰ ਇਹ ਸਾਰਾ ਜਿਹੜਾ ਰਿਕਾਰਡ 5 ਸਾਲਾਂ ਬਾਅਦ ਨਵਾਂ ਬਣ ਕੇ ਆਉਂਦਾ, ਇਹਨੂੰ ਆਪਾਂ ਜਮ੍ਹਾਂਬੰਦੀ ਜਾਂ ਫਰਦ ਕਹਿ ਦਿੰਦੇ ਹਾਂ, ਠੀਕ ਹੈ। ਦੈਨ ਉਸ ਤੋਂ ਬਾਅਦ ਆਉਂਦਾ ਡਿਵੀਜ਼ਨ ਆਫ ਲੈਂਡ, ਇਹਨੂੰ ਆਪਾਂ ਤਕਸੀਮ ਵੀ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਤਕਸੀਮ ਦਾ ਮਤਲਬ ਕਿ ਜਿਹੜੀ ਜ਼ਮੀਨ ਹੈ ਉਹਨੂੰ ਹਿੱਸਿਆਂ ਦੇ ਵਿੱਚ ਅੱਗੇ ਡਿਵਾਈਡ ਕਰਨਾ, ਜਿਵੇਂ ਕਿ ਇੱਕ ਮਤਲਬ ਫਾਦਰ ਆਪਣੇ ਬੱਚਿਆਂ ਨੂੰ ਅੱਗੇ ਲੈਂਡ ਜਿਹੜੀ ਹੈ, ਜੇ ਮੰਨ ਲਓ ਉਹਦੇ 2 ਪੁੱਤਰ ਨੇ ਜਾਂ 4 ਪੁੱਤਰ ਨੇ, ਤਾਂ ਉਹਨਾਂ ਨੂੰ ਅੱਗੇ ਲੈਂਡ ਦੀ ਜਿਹੜੀ ਹੈ ਤਕਸੀਮ ਕਰੇਗਾ, ਡਿਵਾਈਡ ਕਰੇਗਾ, ਰਾਈਟ। ਤਕਸੀਮ ਹੋਣ ਦਾ ਕੀ ਫਾਇਦਾ ਹੁੰਦਾ ਕਿ ਤਕਸੀਮ ਹੋਣ ਤੋਂ ਬਾਅਦ ਜਿਹੜੀ ਜਿਹੜਾ ਬੰਦਾ ਮਤਲਬ ਓਨਰ ਬਣ ਜਾਂਦਾ, ਜਿਵੇਂ ਬੱਚੇ 4 ਨੇ ਅਤੇ ਠੀਕ ਹੈ ਰਾਮ ਸ਼ਾਮ, ਅਤੇ ਉਹ ਫਿਰ ਆਪਣੇ ਨਾਮ ਦੇ ਉੱਤੇ ਕਨੈਕਸ਼ਨ ਲੈ ਸਕਦੇ ਹੈ, ਉਹ ਆਪਣੀ ਜ਼ਮੀਨ ਦੇ ਉੱਤੇ ਕਰਜ਼ਾ ਲੈ ਸਕਦੇ ਹੈ ਬੈਂਕ ਕੋਲ, ਅਤੇ ਉਹਨਾਂ ਨੂੰ ਕਾਫੀ ਜਿਹੜਾ ਫਾਇਦਾ ਮਤਲਬ ਗਹਿਣੇ ਰੱਖ ਸਕਦੇ ਆ ਅੱਗੇ, ਸੋ ਕੰਪਲੀਟਲੀ ਉਹ ਓਨਰ ਬਣ ਜਾਂਦੇ ਆ। ਦੈਨ ਉਸ ਤੋਂ ਬਾਅਦ ਗਰਦੌਰੀ ਔਰ ਦਰੁਸਤ ਗਰਦੌਰੀ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ, ਠੀਕ ਹੈ। ਗੋਸ਼ਵਾਰਾ ਜਿਹੜਾ ਹੁੰਦਾ ਕਿ ਫਸਲਾਂ ਦਾ ਮਤਲਬ ਇੱਕ ਪਿੰਡ ਦੇ ਵਿੱਚ ਕਿੰਨੇ ਕਨਾਲ ਕਣਕ ਉਗਾਈ, ਕਿੰਨੇ ਕਨਾਲ ਜਿਹੜੇ ਆ ਉਹ ਸਬਜ਼ੀਆਂ ਉਗਾਈਆਂ ਗਈਆਂ ਨੇ, ਕਮਾਦ ਉਗਾਇਆ ਗਿਆ, ਸੋ ਉਹ ਸਾਰਾ ਇੱਕ ਟੈਬੂਲੇਟਿਡ ਫਾਰਮ ਦੇ ਵਿੱਚ ਡਾਟਾ ਬਣਿਆ ਹੁੰਦਾ ਜਿਹਨੂੰ ਗੋਸ਼ਵਾਰਾ ਕਹਿੰਦੇ ਆ। ਤੋ ਇਹ ਕੰਮ ਜਿਹੜਾ ਹੈ ਗੁਰਦੌਰ ਦਾ ਹੁੰਦਾ, ਗੁਰਦੌਰ ਇਹਨੂੰ ਕਰਦਾ ਆ, ਔਰ ਇਹ ਹਰ 6 ਮਹੀਨੇ ਬਾਅਦ ਇਹ ਕੰਮ ਜਿਹੜਾ ਹੈ ਹੁੰਦਾ ਹੈ, ਠੀਕ ਹੈ, ਰਾਬੀ ਖਰੀਫ ਦੇ ਸੀਜ਼ਨ ਦੇ ਵਿੱਚ। ਅਤੇ ਉਸ ਤੋਂ ਬਾਅਦ ਹੁੰਦਾ ਦਰੁਸਤ ਗੁਰਦੌਰੀ, ਜੇ ਉਹਦੇ ਵਿੱਚ ਕੁਛ ਮਤਲਬ ਮੰਨ ਲਓ ਕੋਈ ਗਲਤੀ ਆ ਗਈ ਹੈ, ਠੀਕ ਹੈ, ਅਤੇ ਉਹਦੀ ਜਿਹੜੀ ਮੀਨਸ ਰੈਕਟੀਫਿਕੇਸ਼ਨ ਹੈ ਉਹ ਦੋਵੇਂ ਪਾਰਟੀਜ਼ ਮਿਲ ਕੇ ਜਿਹੜੀਆਂ ਉਹ ਜਾਂਦੀਆਂ ਨੇ ਪਟਵਾਰੀ ਕੋਲ, ਔਰ ਤਹਿਸੀਲਦਾਰ ਦੇ ਕੋਲ ਜਾ ਕੇ ਜਿਹੜੀ ਇਹਨੂੰ ਦਰੁਸਤ ਕਰਵਾ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੈਗਾ ਠੇਕਾ। ਠੇਕਾ ਜਾਂ ਚਕੋਟਾ, ਇਹ ਕੀ ਹੁੰਦਾ ਕਿ ਆਪਾਂ ਆਪਣੀ ਪੈਲੀ ਨੂੰ ਕੁਛ ਮਿੱਥੇ ਸਮੇਂ ਲਈ ਕਿਸੇ ਨੂੰ ਦੇ ਦਿੰਦੇ ਹਾਂ ਕਿ ਉਹਦੇ ਵਿੱਚੋਂ ਮਤਲਬ ਉਹਨੂੰ ਇੱਕ ਫਿਕਸਡ ਅਮਾਊਂਟ ਆਪਾਂ ਉਹਨਾਂ ਕੋਲ ਲੈ ਲੈਂਦੇ। ਮੰਨ ਲਓ 2 ਸਾਲ 'ਤੇ ਅਸੀਂ ਆਪਣੀ ਜ਼ਮੀਨ ਠੇਕੇ 'ਤੇ ਦੇ ਦਿੱਤੀ ਹੈ, ਅਤੇ 2 ਸਾਲ ਦਾ ਇੰਨਾ ਇੰਨਾ ਪੈਸਾ ਮਤਲਬ 1 ਕਿੱਲੇ 'ਚੋਂ ਸਾਨੂੰ 1 ਮਹੀਨੇ ਦੀ ਜਾਂ 6 ਮਹੀਨਿਆਂ ਦੀ ਇੰਨੀ ਕਮਾਈ ਹੋਣੀ ਸੀ, ਸੋ ਉਹਦੇ ਹਿਸਾਬ ਦੇ ਨਾਲ ਆਪਾਂ ਉਹਦੇ ਕੋਲੋਂ ਫਿਕਸਡ ਇਨਕਮ ਲੈ ਲੈਂਦੇ ਹਾਂ, ਠੀਕ ਹੈ, ਅਤੇ ਮਤਲਬ ਥੋੜ੍ਹਾ ਅਮਾਊਂਟ ਆਪਾਂ ਘੱਟ ਲੈਂਦੇ ਹਾਂ, ਤਾਂ ਕਿ ਕਿਉਂਕਿ ਸਾਨੂੰ ਪੈਸੇ ਦੀ ਲੋੜ ਹੈ, ਇਮੀਡੀਏਟ ਸਾਨੂੰ ਲੋੜ ਹੈ, ਜਾਂ ਫਿਰ ਅਗਲਾ ਬੰਦਾ ਜਿਹੜਾ ਸਾਡੀ ਜ਼ਮੀਨ ਵਾਹੁਣਾ ਚਾਹੁੰਦਾ ਆ, ਠੀਕ ਹੈ, ਅਤੇ ਉਹ ਸਾਨੂੰ ਫਿਕਸਡ ਪ੍ਰਾਈਜ਼ ਜਿਹੜਾ ਦੇਣ ਲਈ ਤਿਆਰ ਹੈ 2 ਸਾਲਾਂ ਲਈ, ਅਤੇ ਅਸੀਂ ਉਹਨੂੰ ਆਪਣੀ ਜ਼ਮੀਨ ਮੌਣ ਲਈ ਦੇ ਦਿੰਦੇ ਹਾਂ।
ਦੈਨ ਉਸ ਤੋਂ ਬਾਅਦ ਹੁੰਦਾ ਰਹਿਣ, ਰਹਿਣ ਜਾਂ ਮੋਰਗੇਜ, ਇਹਨੂੰ ਆਪਾਂ ਰਹਿਣ ਨੂੰ ਗਹਿਣਾ ਵੀ ਕਹਿ ਦਿੰਦੇ ਹਾਂ ਕਿ ਗਹਿਣੇ ਪਈ ਹੈ ਜ਼ਮੀਨ, ਗਹਿਣੇ ਪਈ ਕਿ ਮਤਲਬ ਮੰਨ ਲਓ ਕਿ ਮੇਰੇ ਕੋਲ 3-4 ਕਿੱਲੇ ਜ਼ਮੀਨ ਹੈ, ਬਟ ਮੇਰੇ ਕੋਲ ਮਤਲਬ ਮੈਂ ਉਹਨੂੰ ਵੇਚਣਾ ਨਹੀਂ ਚਾਹੁੰਦੀ, ਹੈ ਨਾ, ਅਤੇ ਪਰ ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਅਤੇ ਮੈਂ ਕੀ ਕਹਾਂਗੀ, ਮੈਂ ਕਿਸੇ ਬੰਦੇ ਨੂੰ ਦੇ ਦਾਂਗੀ ਵਾਹਣ ਵਾਸਤੇ, ਉਹਨੂੰ ਮੈਂ ਕਹਿ ਦਾਂਗੀ ਕਿ ਲੈ ਮੇਰੇ ਜ਼ਮੀਨ ਦੇ ਡਾਕੂਮੈਂਟਸ, ਠੀਕ ਹੈ, ਮੈਂ ਗਹਿਣੇ ਰੱਖ ਦਿੱਤੀ ਉਹਦੇ ਕੋਲ ਜ਼ਮੀਨ, ਅਤੇ ਆਪਣੀ ਲੋੜ ਜਿਹੜੀ ਹੈ ਮੈਂ ਪੂਰੀ ਕਰ ਦਿੱਤੀ। ਹੁਣ ਜਦ ਤੱਕ ਮੈਂ ਉਹਨੂੰ ਉਹਦਾ ਕਰਜ਼ਾ ਜਿਹੜਾ ਵਾਪਸ ਨਹੀਂ ਦੇਵਾਂਗੀ, ਚੁਕਾ ਨਹੀਂ ਪਾਵਾਂਗੀ, ਮਤਲਬ ਜਿਹੜਾ ਉਹਨੇ ਮੈਨੂੰ ਪੈਸੇ ਦਿੱਤੇ ਹੈ, ਮੰਨ ਲਓ ਉਹਨੇ ਮੈਨੂੰ 5-6 ਲੱਖ ਰੁਪਈਆ ਦੇਤਾ ਜਾਂ 10 ਲੱਖ ਰੁਪਈਆ ਦੇਤਾ, ਮੰਨ ਜਦ ਤੱਕ ਮੈਂ ਉਹਨੂੰ ਹੁਣ 10 ਲੱਖ ਰੁਪਇਆ ਦੇਵਾਂਗੀ ਨਹੀਂ, ਤਦ ਤੱਕ ਉਹ ਮੇਰੀ ਜ਼ਮੀਨ ਉਹਦੇ ਕੋਲ ਗਹਿਣੇ ਪਈ ਰਹੇਗੀ। ਦੈਨ ਉਸ ਤੋਂ ਬਾਅਦ ਹੁੰਦਾ ਲੋਸ, ਲੋਸ ਜਾਂ ਖਰਾਬਾ। ਲੋਸ ਖਰਾਬਾ ਕਹਿੰਦਾ ਕਿ ਮੀਨਸ ਜਿਵੇਂ ਬਹੁਤ ਜ਼ਿਆਦਾ ਬਾਰਿਸ਼ ਆ ਗਈ ਹੈ, ਫਲੱਡ ਆ ਗਏ ਹੈ, ਠੀਕ ਹੈ, ਅਤੇ ਉਸ ਕੇਸ ਦੇ ਵਿੱਚ ਕੀ ਹੁੰਦਾ ਕਿ ਜ਼ਮੀਨ ਜਿਹੜੀ ਫਸਲ ਹੈ ਉਹ ਖਰਾਬ ਹੋ ਜਾਂਦੀ ਹੈ, ਅਤੇ ਇਹ ਖਰਾਬਾ ਜਿਹੜਾ ਹੈ ਪਟਵਾਰੀ ਮੇਜਰ ਕਰਦੇ ਨੇ ਕਿ ਕਿਸ ਹਿਸਾਬ ਨਾਲ, ਮਤਲਬ ਜਿਵੇਂ ਸਰਕਾਰ ਨੇ ਨਾ ਡਿਫਰੈਂਟ ਡਿਫਰੈਂਟ ਰੇਟਸ ਬਣਾ ਰੱਖੇ ਨੇ, ਜਿਵੇਂ 25-50% ਖਰਾਬ ਹੈ ਹੋਈ ਹੈ ਫਸਲ, 50-75% ਹੋਈ ਹੈ ਜਾਂ 100% ਹੋਈ ਹੈ, ਸੋ ਉਹਦੇ ਹਿਸਾਬ ਨਾਲ ਡਿਫਰੈਂਟ ਡਿਫਰੈਂਟ ਰੇਟਸ ਨੇ, ਜਿਵੇਂ ਇਹਦੇ ਲਈ 50 ਤੋਂ 50 ਲਈ 2500 ਰੁਪਏ ਕਿੱਲੇ ਦਾ ਦੇ ਦਿੰਦੇ ਨੇ, 50 ਤੋਂ 75 ਲਈ 5000, ਠੀਕ ਹੈ, 75 ਤੋਂ 100% ਹੋਵੇ ਤਾਂ 8000। ਹੁਣੇ ਰੀਸੈਂਟਲੀ ਗੌਰਮੈਂਟ ਨੇ, ਪੰਜਾਬ ਸਟੇਟ ਗੌਰਮੈਂਟ ਨੇ ਨਾ 8000 ਤੋਂ ਇਹ 12000 ਜਿਹੜਾ ਹੈ ਚੇਂਜ ਕੀਤਾ। ਮੈਂ ਕਰੰਟ ਅਫੇਅਰ ਵਿੱਚ ਵੀ ਇਹ ਨਿਊਜ਼ ਪਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਸੋ ਖਰਾਬਾ ਮੀਨਸ ਕਿ ਫਿਰ ਉਹਨਾਂ ਨੂੰ ਕਿੱਲਿਆਂ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਜਿਹੜਾ ਆ ਉਹ ਦੇ ਦਿੱਤਾ ਜਾਂਦਾ। ਦੈਨ ਇਹ ਕੁਛ ਲੈਂਡ ਮੇਜਰਮੈਂਟ ਦੇ ਯੂਨਿਟਸ ਨੇ ਕਿ 1 ਫੁੱਟ ਜਿਹੜਾ ਉਹਦੇ ਵਿੱਚ 12 ਇੰਚ ਹੁੰਦੇ। ਦੇਖੋ ਇਹਨੂੰ ਯਾਦ ਰੱਖਣ ਦਾ ਬੜਾ ਤਰੀਕਾ ਵਧੀਆ ਆ ਕਿ ਤੁਸੀਂ ਕੋਈ ਵੀ ਇੱਕ ਯੂਨਿਟ ਜਿਹੜਾ ਆ ਉਹਨੂੰ ਯਾਦ ਕਰ ਲਓ। ਮੰਨ ਲਓ 1 ਫੁੱਟ 'ਚ 12 ਇੰਚ ਹੈ ਅਤੇ 1 ਯਾਰਡ 'ਚ 3 ਫੁੱਟ ਹੈ, 3 ਫੁੱਟ ਮੀਨਸ ਕਿ 3 × 12 ਇੰਚ ਕਰ ਲਓ, ਠੀਕ ਹੈ, ਅਤੇ 36 ਇੰਚ ਬਣ ਗਿਆ। 1 ਫਰਲਾਂਗ ਕਿੰਨੀ ਹੁੰਦੀ ਹੈ? 220 ਯਾਰਡਸ। 220 ਯਾਰਡਸ ਮੀਨਸ 220 × 3 ਫੀਟ, ਠੀਕ ਹੈ, 3 ਫੀਟ ਮੀਨਸ 36 ਇੰਚਸ। ਸੋ ਇੱਕ ਯੂਨਿਟ ਤੁਸੀਂ ਯਾਦ ਰੱਖ ਲਓਗੇ ਤਾਂ ਤੁਸੀਂ ਸਾਰੇ ਯੂਨਿਟਸ ਜਿਹੜੇ ਉਹ ਯਾਦ ਰੱਖ ਸਕਦੇ ਹੋ। ਦੈਨ ਉਸ ਤੋਂ ਬਾਅਦ 1 ਮੀਲ ਜਿਹੜਾ 1760 ਯਾਰਡ ਦੇ ਬਰਾਬਰ ਹੁੰਦਾ ਜਾਂ 8 ਫਰਲਾਂਗ ਦੇ ਬਰਾਬਰ ਹੁੰਦਾ। 1 ਕਰਮ ਜਿਹੜਾ 5.5 ਫੁੱਟ ਦੇ ਬਰਾਬਰ ਹੁੰਦਾ। 1 ਸਕੇਅਰ ਕਰਮ ਜਿਹੜਾ 1 ਸਰਸਾਹੀ ਦੇ ਬਰਾਬਰ ਹੁੰਦਾ। ਦੈਨ ਉਸ ਤੋਂ ਬਾਅਦ ਡਿਫਰੈਂਟ ਡਿਫਰੈਂਟ ਯੂਨਿਟਸ ਨੇ ਜਿਹੜੇ ਆਪਾਂ ਪੰਜਾਬ ਲੈਂਡ ਰੈਵਨਿਊ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। 1 ਮਰਲਾ ਜਿਹੜਾ 9 ਸਰਸਾਹੀਆਂ ਦੇ ਬਰਾਬਰ ਹੁੰਦਾ ਆ, ਠੀਕ ਹੈ। ਪੰਜਾਬ ਦੇ ਵਿੱਚ ਜਨਰਲੀ ਆਪਾਂ ਆਹ 3 ਚੀਜ਼ਾਂ ਵਰਤਦੇ ਹਾਂ, ਮਰਲਾ, ਕਨਾਲ ਅਤੇ ਕਿੱਲਾ। ਮਰਲਾ 967 ਜਾਂ 30 ਸਕੇਅਰ ਯਾਰਡ ਹੁੰਦਾ ਜਾਂ 272 ਸਕੇਅਰ ਫੁੱਟ ਹੁੰਦਾ, ਕਨਾਲ ਜਿਹੜਾ 20 ਮਰਲਿਆਂ ਦਾ 1 ਕਨਾਲ ਹੁੰਦਾ, ਅਤੇ 1 ਕਿੱਲਾ ਜਿਹੜਾ ਆ ਉਹ 8 ਕਨਾਲਾਂ ਦਾ ਹੁੰਦਾ। ਇਹ 8 ਕਨਾਲ 96 ਬਿਸਵੇ ਜਾਂ 4000 ਸਕੇਅਰ ਮੀਟਰ, ਠੀਕ ਹੈ, ਡਿਫਰੈਂਟ ਡਿਫਰੈਂਟ ਯੂਨਿਟ। ਆਹ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਨਾ 36x40 ਦਾ ਜਿਹੜਾ ਕਰਮਾਂ ਦਾ ਜਿਹੜਾ 1 ਕਿੱਲਾ ਪੰਜਾਬ ਦੇ ਵਿੱਚ ਹੁੰਦਾ, ਠੀਕ ਹੈ, 36 ਜਿਹੜੀ ਬ੍ਰੈਥ ਹੈ, 40 ਜਿਹੜੀ ਹੈ ਲੰਬਾਈ ਹੈ। 1 ਹੈਕਟੇਅਰ 2.5 ਏਕੜ 2.5 ਕਿੱਲਿਆਂ ਦੇ ਬਰਾਬਰ ਜਾਂ 10000 ਸਕੇਅਰ ਮੀਟਰ ਦੇ ਬਰਾਬਰ। 1 ਬਿਸਵਾ ਜਿਹੜਾ 50 ਸਕੇਅਰ ਫੁੱਟ ਦਾ ਹੁੰਦਾ ਆ। 1 ਮੁਰੱਬਾ ਜਾਂ 1 ਮਸਤੀਲ 25 ਏਕੜ ਦੀ ਹੁੰਦੀ ਹੈ। ਸੋ ਇਹ ਸੀ ਤੁਹਾਡਾ ਪਹਿਲਾ ਲੈਕਚਰ, ਇਸ ਤੋਂ ਬਾਅਦ ਅਸੀਂ ਡਿਫਰੈਂਟ ਕਰੋਪਸ ਦੇ ਬਾਰੇ ਪੜ੍ਹਾਂਗੇ। ਥੈਂਕਸ ਫੋਰ ਵਾਚਿੰਗ।